ਹਮੇਸ਼ਾ ਮੇਰੀ ਚੀਖ ਨਿਕਲਵਾਤਾ ਇਹ ਲੜਕਾ। ਉਹਨੇ ਜੇ ਹੋਰ ਲੋੜ ਗਈ ਉਹਨੇ ਤੈਨੂੰ ਕਾਹਦੇ ਲਈ ਰੱਖਿਆ? ਮਾਰੇ ਤੇਰੇ ਨਾਲ ਵਿਆਹ ਉਹਨੇ ਤੇਰੀਆਂ ਚੀਕਾਂ ਕਢਾਉਣ ਵਾਸਤੇ ਕੀਤਾ, ਹੋਰ ਤੈਨੂੰ ਬਾਜੀ ਬਣਾਉਣ ਵਾਸਤੇ ਕੀਤਾ? ਨਹੀਂ ਤੇ ਜੇ ਉਹ ਤੇਰੀਆਂ ਚੀਕਾਂ ਬਿਨਾਂ ਕਢਾਏ ਤੇ ਹੋਰ ਕੀ ਕਰੇ? ਹੱਥੀ ਲਾ ਜਾਂ ਫਿਰ 24 ਘੰਟੇ ਤੇਰੇ ਚੂਤੀਆਂ ਤੇ ਥੱਕੇ ਜੇ ਵਲੌਗ ਵੇਖੇ। ਹਾਂ ਤੇ ਫਿਰ ਮੇਰੇ ਜਿੱਦੀ ਤੇਰੇ ਠਰਕੀਓ ਕੈਸੇ? ਹਾਂ ਤੇ ਫਿਰ ਯਾਰ ਉਹ ਕੀ ਕਰ ਰਹੇ ਹੋ ਅੱਜਕੱਲ? ਮੇਰੇ ਹਿਸਾਬ ਨਾਲ ਤੇ ਅੱਜਕੱਲ ਸਿਰਫ ਵਕਚੋਦੀ ਚੱਲ ਰਹੀ ਹੈ। ਸਭ ਕਈ ਤੇ ਅੱਜਕੱਲ ਰੰਡੀਆਂ ਬਣੀਆਂ ਨੇ ਤੇ ਕਈਆਂ ਨੇ ਤੇ ਪੂਰਾ ਰੰਡੀ ਖਾਨਾ ਖੋਲਿਆ ਹੈ। ਮਤਲਬ ਕਿ ਅਗਰ ਦੇਸੀ ਜ਼ਬਾਨ ਵਿੱਚ ਇਹਨਾਂ ਦਾ ਤਾਰਫ ਕਰਾਇਆ ਜਾਏ ਤੇ ਇਹ ਨੇ ਅੱਜਕੱਲ ਦੀਆਂ ਜਦੀਦ ਤਰੀਨ ਗਸ਼ਤੀਆਂ। ਓਰੇ ਬਾਬਾ ਓਏ ਆਪਣਾ ਥੱਤਿਆ ਕੋਠੇ ਤੇ ਠੋਕਾ ਲਵਾਉਣ ਵਾਲੀਆਂ ਨੂੰ ਗਸ਼ਤੀ ਹੀ ਕਿਹਾ ਜਾਂਦਾ ਹੈ ਨਾ? ਓਏ ਆ ਉਸਤਾਦ ਇਹ ਆਖਿਆ ਜਾਂਦਾ, ਹੋਰ ਇਹਨਾਂ ਨੂੰ ਥੋਤੀ ਦੀਆਂ ਬੱਚੀਆਂ ਆਖਿਆ ਜਾਂਦਾ। ਅੱਛਾ ਵੀ ਪਹਿਲਾਂ ਮੈਂ ਕਦੀ ਆਪਣੀ ਵੀਡੀਓ ਦੇ ਵਿੱਚ ਇਹੋ ਜਿਹਾ ਵਰਡ ਯੂਜ਼ ਨਹੀਂ ਕੀਤਾ, ਕਿਉਂਕਿ ਇਹ ਵਾਲਾ ਲਫ਼ਜ਼ ਮੈਨੂੰ ਆਪ ਬੜਾ ਚਵਲ ਜਿਹਾ ਲੱਗਦਾ। ਨਹੀਂ ਯਾਰ ਜੋ ਵੀ ਜਿਹੜੇ ਵੀ ਆਖ ਨੇ, ਲੇਕਿਨ ਇੰਨੀ ਬੇਗੈਰਤੀ ਨਹੀਂ। ਲੇਕਿਨ ਹੁਣ ਭਾਈ ਸਾਹਿਬ ਸਾਡੇ ਪਾਕਿਸਤਾਨੀ ਕ੍ਰੀਏਟਰਾਂ ਨੇ ਖੁਦ ਕਿਹਾ ਸਾਨੂੰ ਤੁਸੀਂ ਗਸ਼ਤੀਆਂ ਆਖੋ, ਉਸ ਤੋਂ ਬਾਅਦ ਫਿਰ ਲਾਹੌਰ ਦੀਆਂ ਕੋਈ 3-4 ਕੰਜਰੀਆਂ ਨੇ ਪੂਰੇ ਸੋਸ਼ਲ ਮੀਡੀਆ ਨੂੰ ਵੱਖਰਾ ਡੰਡਾ ਚਾੜਿਆ। ਉਹਨਾਂ ਉੱਤੇ ਵੀ ਅੱਜ ਤਸਬਰਾ ਹੋਏਗਾ, ਮਤਲਬ ਕਿ ਸਿੱਧੀ ਗੱਲ ਹੈ ਬਾਬਾ ਜੀ ਉਹਨਾਂ ਦੇ ਅੰਦਰ ਵੀ ਪੂਰਾ ਤੁਨਿਆ ਜਾਏਗਾ। ਬਾਕੀ ਉਸ ਤੋਂ ਪਹਿਲਾਂ ਕੋਠੇ ਵਾਲੀਆਂ ਦਾ ਕੋਈ ਹਿਸਾਬ ਲਾ ਲਓ। ਹਾਂ ਇੱਕ ਗੱਲ ਹੋਰ, ਹੈਂਡ ਫਰੀ ਵੀ ਲਾ ਲਓ ਬੜੋ, ਠੀਕ ਹੈ। ਅੱਛਾ ਤੇ ਸੀਨ ਤੇ ਮੇਨ ਬਕਚੋਦੀ ਅੰਚਲੀ ਇੰਡੀਆ ਦੇ ਵਿੱਚ ਇੱਕ ਵੈਬ ਸੀਰੀਜ਼ ਰਿਲੀਜ਼ ਹੋਈ ਜਿਹਦਾ ਨਾਮ ਹੈ ਹੀਰਾ ਮੰਡੀ, ਮਤਲਬ ਕਿ ਕੋਠੇ ਦੇ ਵਿੱਚ ਠੋਕਾ ਲਵਾਉਣ ਵਾਲੀਆਂ। ਸਮਝ ਗਿਆ, ਜਾਂ ਤੁਸੀਂ ਰਗੜ ਬੱਲਾ ਵੀ ਕਹਿ ਸਕਦੇ ਹੋ। ਹੀਰਾ ਮੰਡੀ ਦੇ ਵਿੱਚ ਕੀ ਚੱਲਦਾ ਹੈ ਤੁਸੀਂ ਅੱਜ ਕੱਲ ਦੇ 5ਵੀਂ ਕਲਾਸ ਦੇ ਬਾਲ ਨੂੰ ਵੀ ਪੁੱਛੋਗੇ ਨਾ ਉਹ ਵੀ ਦੱਸ ਦੇਗਾ, ਬਲਕਿ ਆਪਣਾ ਨੂੰ ਨੂੰ ਹੱਥੇ 'ਚ ਫੜ ਕੇ ਦੱਸੇਗਾ। ਹੀਰਾ ਮੰਡੀ ਦੇ ਵਿੱਚ ਟੱਪਾ ਟੱਪ ਟੱਪਾ ਟੱਪ ਇਹੋ ਕੁਝ ਚੱਲਦਾ ਹੈ ਜੀ, ਕਿਉਂਕਿ ਉਹ ਬਣੀ ਐਸੇ ਕੰਮ ਲਈ। ਹੀਰਾ ਮੰਡੀ ਦੇ ਵਿੱਚ ਜਿਹੜੀਆਂ ਠੋਕਾ ਲਵਾਉਂਦੀਆਂ ਨੇ ਉਹਨਾਂ ਨੂੰ ਕਿਹਾ ਜਾਂਦਾ ਰੰਡੀਆਂ, ਜਿਵੇਂ ਲਾਤੀਨੀ ਜ਼ਬਾਨ 'ਚ ਕਹੀਏ ਫਿਰ ਉਹਨਾਂ ਨੂੰ ਗਸ਼ਤੀਆਂ ਕਿਹਾ ਜਾਂਦਾ। ਉਹ ਸੀਰੀਜ਼ ਦੇ ਕੁਝ ਡਾਇਲੌਗ ਵਾਵਾ ਮਸ਼ਹੂਰ ਹੋਏ ਜਿਨ੍ਹਾਂ ਉੱਤੇ ਸਾਡੇ ਪਾਕਿਸਤਾਨ ਦੇ ਕੁਝ ਕ੍ਰੀਏਟਰਾਂ ਨੇ ਵੀਡੀਓ ਬਣਾਈ, ਮਤਲਬ ਕਿ ਅਗਰ ਮੈਂ ਸਾਫ਼ ਲਫ਼ਜ਼ਾਂ ਦੇ ਵਿੱਚ ਤੇ ਕਲੀਅਰ ਕਰਕੇ ਦੱਸਾਂ, ਉਹਨਾਂ ਦਾ ਕਹਿਣਾ ਜੀ ਅਸੀਂ ਵੀ ਉਸ ਕੋਠੇ ਦੀਆਂ ਰੰਡੀਆਂ ਕੰਜਰੀਆਂ ਕਹਿ ਰਹੇ ਕਈ ਮੇਰੇ ਵਰਗੇ ਵਿੱਚ ਗਸ਼ਤੀਆਂ ਵੀ ਕਹਿ ਸਕਦੇ ਨੇ। ਆਹਾ, ਕਿਉਂਕਿ ਭਾਈ ਸਾਹਿਬ ਇਹ ਸਭ ਕੁਝ ਕਹਿਣ ਦਾ ਮੌਕਾ ਸਾਨੂੰ ਇਹਨਾਂ ਨੇ ਫਰਾਮ ਕੀਤਾ। ਨਹੀਂ ਯਾਰੋ, ਮਤਲਬ ਤੁਸੀਂ ਇੱਕ ਮਿੰਟ ਸਾਫ਼ ਲਾਓ, ਖੋਤੀ ਦਿਓ ਬੱਚਿਓ, ਕਿਸੇ ਨਜਾਇਜ਼ ਵੱਜਣ ਵਾਲੇ ਪੰਪ ਦੀਓ ਸੱਟੋ। ਨਹੀਂ ਹੁਣ ਵੀਡੀਓ ਬਣਾਉਣ ਵਾਸਤੇ ਬਸ ਇਹੀ ਡਾਇਲੌਗ ਰਹਿ ਗਏ ਨੇ ਹੀਰਾ ਮੰਡੀ ਵਾਲੇ, ਸੋਸ਼ਲ ਮੀਡੀਆ ਤੇ ਹੋਰ ਕੋਈ ਕੰਟੈਂਟ ਹੀ ਨਹੀਂ ਰਹਿ ਗਿਆ ਭਾਈ ਇਹਨਾਂ ਵਾਸਤੇ। ਇਹ ਤੇ ਭਾਈ ਸਾਹਿਬ ਬਹੁਤ ਸਾਫ਼ ਹੈ, ਪਾਓ ਪਾਓ ਤੇ ਜਾਓ, ਫਿਰ ਇੱਥੇ ਕੰਮ ਖਤਮ ਨਹੀਂ ਹੁੰਦਾ ਅਗਲੇ ਨੂੰ ਵੀ ਕਲਾ। ਮੈਨੂੰ ਤਾਂ ਇੱਥੇ ਇਸ ਗੱਲ ਦੀ ਨਹੀਂ ਸਮਝ ਆ ਰਹੀ ਕਿ ਸਾਡਾ ਮੁਲਕ ਜਾ ਕਿਹੜੇ ਪਾਸੇ ਨੂੰ ਰਿਹਾ ਹੈ। ਬਗੈਰ ਤੋਂ ਤੁਹਾਡੇ 'ਚ ਕੋਈ ਗੈਰਤ ਨਾਮ ਦੀ ਚੀਜ਼ ਹੈ ਨਹੀਂ, ਜਾਂ ਤੁਹਾਡੇ ਘਰ ਦੇ ਕਿਸੇ ਬੰਦੇ ਦੇ ਵਿੱਚ ਗੈਰਤ, ਬਲਕਿ ਗੈਰਤ ਹੁੰਦਾ ਕੀ ਇਹਨਾਂ ਨੂੰ ਤੇ ਉਹ ਹੀ ਨਹੀਂ ਪਤਾ, ਕਿਉਂਕਿ ਸ਼ੁੱਧ ਕਿਸਮ ਦੇ ਭੈਣ ਜਾਂ ਯਾਰ। ਇੰਜ ਨਹੀਂ, ਮੈਂ ਤੁਹਾਨੂੰ ਇੱਕ ਮਿਸਾਲ ਦੇ ਇੱਕ ਸਮਝਾਣਾ। ਤੁਸੀਂ ਪਹਿਲਾਂ ਇਹ ਵੀਡੀਓ ਚੈੱਕ ਕਰੋ। ਮਰਦ ਉਹ ਹੁੰਦਾ ਹੈ ਜੋ ਔਰਤ ਪਰ ਨਜ਼ਰ ਵੀ ਇੱਜ਼ਤ ਸੇ ਉਠਾਏ, ਤੂਨੇ ਤੋ ਹੱਥ ਉਠਾ ਡਾਲਾ। ਹਾਂਜੀ ਤੇ ਭਾਈ ਆ ਵੀ ਆਪਣੀ ਟਿਕਟੋਕ ਦੀ ਸਟਾਰ ਰਬੀਕਾ ਖਾਨ ਹੁਸੈਨ ਤਰੀਨ ਦੀ ਬਕਵਾਸ ਤਰੀਨ ਤਵੈਫ, ਮੁਹਤਰਮਾ ਹੀਰਾ ਮੰਡੀ ਵਾਲੀਆਂ ਨੂੰ ਤੇ ਤਵੈਫ ਹੀ ਕਿਹਾ ਜਾਂਦਾ। ਅੱਛਾ ਵੀ ਇਹਨੂੰ ਕੋਠੇ ਦੀ ਤਵੈਫ ਮੰਨਣ ਦਾ ਬੜਾ ਸ਼ੌਕ, ਇਹਦਾ ਉਹ ਸ਼ੌਕ ਪੂਰਾ ਵੀ ਹੋ ਗਿਆ। ਹੁਣ ਇੱਥੇ ਤੁਸੀਂ ਮੈਨੂੰ ਦੱਸੋ ਕਿ ਇਹਦੀ ਆਹ ਵਾਲੀ ਵੀਡੀਓ ਇਹਦੇ ਬਗੈਰ ਘਰ ਵਾਲਿਆਂ ਨੇ ਨਹੀਂ ਵੇਖੀ, ਉਸ ਤੋਂ ਬਾਅਦ ਫਿਰ ਇਹਦੇ ਚੂਤੀਆ ਰਿਸ਼ਤੇਦਾਰਾਂ ਨੇ ਨਹੀਂ ਵੇਖੀ, ਇਹਦੇ ਕੰਜਰ ਭਰਾ ਸੁੱਤੇ। ਫੋਰ ਐਗਜ਼ਾਮਪਲ ਸੋਚੋ ਇਹਦੀ ਅੰਮਾ ਇਹਨੂੰ ਪੁੱਛ ਲੈਂਦੀ, ਇਹਨੇ ਆਪਣੀ ਵੀਡੀਓ ਦੇ ਥੱਲੇ ਹੈਸ਼ਟੈਗ ਯੂਜ਼ ਕੀਤਾ ਹੀਰਾ ਮੰਡੀ, ਰੋਣ ਵਾਲਾ ਇਮੋਜੀ, ਕਿਉਂਕਿ ਹੀਰਾ ਮੰਡੀ ਵਾਲੀਆਂ ਬੱਚੀਆਂ ਨੂੰ ਪੀੜ ਬੜੀ ਹੁੰਦੀ ਇਸ ਗੱਲ ਦੀ। ਹੁਣ ਮੈਨੂੰ ਕਨਫਰਮੇਸ਼ਨ ਕੋਈ ਨਹੀਂ ਆ, ਮੈਂ ਤਾਂ ਬਸ ਇਮੋਜੀ ਤੋਂ ਹਿਸਾਬ ਲਾਇਆ। ਅੱਛਾ ਜੀ, ਕੀ ਇੱਥੇ ਇਹਦੇ ਘਰ ਵਾਲੇ ਬਗੈਰਤ ਕੰਜਰ ਲੰਘ, ਜਿਨ੍ਹਾਂ ਦਲਿਆਂ ਦੀ ਵਜ੍ਹਾ ਤੋਂ ਪੂਰਾ ਮੁਲਕ ਖਰਾਬ ਹੋਇਆ, ਉਹਨਾਂ ਦੇ ਵਿੱਚੋਂ ਕਿਸੇ ਕੰਜਰ ਦੇ ਬੱਚੇ ਨੇ ਵੀ ਇਹਨੂੰ ਨਹੀਂ ਪੁੱਛਿਆ ਬੇਟਾ ਇਹ ਕੀ ਮਕਚੋਦੀਆਂ ਲਾ ਰਹੀਆਂ ਹੀਰਾ ਮੰਡੀ ਕੀ ਹੁੰਦਾ ਹੈ, ਬਲਕਿ ਮੇਰੇ ਹਿਸਾਬ ਨਾਲ ਜਿਵੇਂ ਦੇ ਇਹਨਾਂ ਦੇ ਕੰਜਰ ਖਾਨਦਾਨ, ਉਹਨਾਂ ਨੇ ਤੇ ਆਪ ਐਕਸਪਲੇਨ ਕਰਕੇ ਦੱਸਿਆ ਹੋਣਾ ਕਿ ਬੇਟਾ ਹੀਰਾ ਮੰਡੀ ਦੇ ਵਿੱਚ ਇਹੋ ਜਿਹੀਆਂ ਭਾਂਡੀਆਂ ਕਿਹਾਂ ਚੱਲਦੀਆਂ, ਜੇ ਤੇਰਾ ਵੀ ਦਿਲ ਹੈ ਤੇ ਤੂੰ ਵੀ ਲਾ ਸਕਦੇ, ਕਿਉਂਕਿ ਕੰਜਰਾਂ ਨੂੰ ਭਾਈ ਸਾਹਿਬ ਸਿਰਫ ਪੈਸਾ ਚਾਹੀਦਾ, ਇੱਜ਼ਤ ਬਿਸਤੀਆਂ ਇਹਨਾਂ ਨੇ ਮਾਰੀ, ਬਸ ਪੈਸਾ ਹੋਣਾ ਚਾਹੀਦਾ, ਉਹਦੇ ਵਾਸਤੇ ਭੈਣ ਦੀ ਸੀ ਹੀਰਾ ਮੰਡੀ ਛੱਡੋ, ਇਹਨਾਂ ਨੂੰ ਭਾਵੇਂ ਸਬਜ਼ ਮੰਡੀ ਜਾ ਕੇ ਵੀ ਠੋਕਾ ਲਵਾਉਣਾ ਪਵੇ ਨਾ ਲਵਾ ਲੈ, ਉਸ ਤੋਂ ਬਾਅਦ ਫਿਰ ਜਿਹੜੀ ਅਗਲੀ ਤਵੈਫ ਹੈ ਉਹਦੇ ਵੀ ਹਾਲਾਤ ਚੈੱਕ ਕਰ ਲਓ। ਇਹਨੂੰ ਤਾਂ ਪਤਾ ਨਹੀਂ ਮਿਰਗੀ ਦੇ ਦੌਰੇ ਪੈ ਰਹੇ ਨੇ, ਇਹਨੂੰ ਜੁੱਤੀ ਸੰਘਾ। ਫਿਰ ਥੱਲੇ ਇੱਕ ਬੰਦੇ ਨੇ ਕਮੈਂਟ ਕੀਤਾ ਹੀਰਾ ਮੰਡੀ ਸੇ ਇੰਸਪਾਇਰ ਹੋ ਰਹੀ ਹੋ, ਕਹੀਂ ਉਧਰ ਕੀ ਪਦੈਸ਼ ਨਹੀਂ ਹੋ, ਮਤਲਬ ਯਕਾ ਤੈਨੂੰ ਹਜੇ ਵੀ ਸ਼ੱਕ ਹੈ ਸਾਨੂੰ ਤੇ ਪੱਕੇ ਭੈਣ ਜਾ ਕੇ। ਕੀ ਬਾਤ ਹੈ ਸਰ, ਫਿਰ ਬਾਬਾ ਜੀ ਸੋਸ਼ਲ ਮੀਡੀਆ ਤੇ ਕੋਈ ਵੀ ਬਕਚੋਦੀ ਚੱਲ ਰਹੀ ਹੋ, ਇਹ ਮੁਹਤਰਮਾ ਉਹਦੇ ਵਿੱਚ ਆਪਣੇ ਪੈਰ ਨਾ ਡੋਬੇ ਤੇ ਹੋ ਹੀ ਨਹੀਂ ਸਕਦਾ, ਕਿਉਂਕਿ ਭੈਣ ਜਾਂ ਕਿਹਦੇ ਵਿੱਚ ਤੇ ਸਭ ਤੋਂ ਅੱਗੇ ਹੁੰਦੀ ਹੈ। ਅੱਗੇ ਤੇ ਫਿਰ ਬਾਬਾ ਜੀ ਗੱਲ 'ਚ ਗਸ਼ਤੋੜੀ ਬਣੀ, ਮੈਨੂੰ ਲੱਗਿਆ ਮੈਂ ਕਿਉਂ ਪਿੱਛੇ ਰਹਾਂ ਭੈਣ ਦੀ ਸਿਰੀ ਕਿਸੇ ਮੇਰੇ ਤੋਂ ਵੱਡੀ ਰੰਡੀ ਬਣ ਕੇ ਵਹਾਏ, ਹਾਂ ਮੈਨੂੰ ਇਸ ਗੱਲ ਦੇ ਵਿੱਚ ਤੇ ਵਾਕਈ ਸ਼ੱਕ ਕੋਈ ਨਹੀਂ ਕਿ ਕੰਜਰ ਪੂਨੇ ਦੇ ਵਿੱਚ ਇਹਨਾਂ ਦਾ ਮੁਕਾਬਲਾ ਕੋਈ ਨਹੀਂ ਹੈ। ਸਭ ਇੰਡੀਆ ਦੀਆਂ ਐਕਟਰਾਂ ਵੀ ਇਹਨਾਂ ਤੋਂ ਮਾਫੀ ਮੰਗੀਆਂ ਨੇ, ਮੈਂ ਆਪਣੇ ਘਰ ਜਾਣਾ ਹੈ। ਯਾਰੋ ਤੁਸੀਂ ਹਿਸਾਬ ਲਾਓ ਪਰ ਕਿੰਨਾ ਸ਼ੌਕ ਇਹਨਾਂ ਨੂੰ ਹੀਰਾ ਮੰਡੀ
ਮੰਡੀ ਦੇ ਵਿੱਚ ਜਾਣ ਦਾ। ਮੇਰਾ ਉੱਥੇ ਵੈਸੇ ਕਦੀ ਗੇੜਾ ਨਹੀਂ ਲੱਗਾ, ਲੇਕਿਨ ਅੱਜ ਤੋਂ ਬਾਅਦ ਮੈਂ ਵੀ ਕਹਿ ਸਕਦਾ ਕਿ ਮੈਂ ਵੀ ਹੀਰਾ ਮੰਡੀ ਦੀਆਂ ਕੰਜਰੀਆਂ ਵੇਖੀਆਂ, ਕਿਉਂਕਿ ਉਹ ਤੇ ਭਾਈ ਸਾਹਿਬ ਹੀਰਾ ਮੰਡੀ ਚੋਂ ਬਾਹਰ ਆ ਕੇ ਤੇ ਸੋਸ਼ਲ ਮੀਡੀਆ ਤੇ ਲੱਗੀਆਂ ਫਿਰਦੀਆਂ ਨੇ। ਤੁਹਾਨੂੰ ਉੱਥੇ ਦੀਆਂ ਖੱਚਾਂ ਵੇਖਣ ਵਾਸਤੇ ਹੀਰਾ ਮੰਡੀ ਦੇ ਵਿੱਚ ਜਾਣ ਦੀ ਕੋਈ ਲੋੜ ਨਹੀਂ, ਬਸ ਪਾਕਿਸਤਾਨੀ ਟਿਕਟੋਕ ਦੇ ਉੱਤੇ ਆਓ ਤੇ ਹੀਰਾ ਮੰਡੀ ਦੇ ਨਜ਼ਾਰੇ ਲਓ, ਫੁੱਲ ਰਗੜ ਕੇ ਬਕਚੋਦੀ ਲਾਓ। ਹਾਂ, ਪਰ ਠੋਕਾ ਲਾਣ ਵਾਸਤੇ ਤੁਹਾਨੂੰ ਮੈਨੂਅਲੀ ਜਾਣਾ ਪੈਣਾ, ਬਾਕੀ ਸਾਡਾ ਅੱਧਾ ਮੁਲਕ ਤੇ ਵੇਖ ਕੇ ਗੁਜ਼ਾਰੇ ਕਰ ਲੈਂਦਾ, ਕਿਉਂਕਿ ਆਵਾਮ ਦਾ ਖਰਚੇ ਵਾਲੋਂ ਵੀ ਹੱਥ ਤੰਗ ਹੈ। ਇਹ ਗੱਲ ਹੋ ਰਹੀ ਕਿ ਹੀਰਾ ਮੰਡੀ ਵਾਲਿਆਂ ਨੂੰ ਪੈਸੇ ਵੀ ਦੇਣੇ ਪੈਂਦੇ ਆ, ਸਾਰੀਆਂ ਜੂਤਨਾਂ ਦੀ ਮੈਂ ਰੇਟ ਲਿਸਟ ਕਢਾਈ ਹੋ, ਮੈਂ ਤੁਹਾਨੂੰ ਸਭ ਤੋਂ ਐਂਡ ਤੇ ਵਹਾਂਗਾ। ਉਸ ਤੋਂ ਪਹਿਲਾਂ ਅਗਲੀ ਭੈਣ ਯਕ ਪੇਸ਼ ਕੀਤੀ ਜਾਏ। ਆਜ ਤੱਕ ਕਿਸੇ ਮਰਦ ਨੇ ਨਹੀਂ ਛੁਆ, ਇਹ ਦਰਜ਼ੀ ਕਿਆ ਛੁਏਗਾ? ਅੱਛਾ, ਤੋ ਚੌਧਰੀ ਸਾਹਿਬ ਨੇ ਬਿਨਾਂ ਛੁਏ ਹੀ ਆਪਕੇ ਸਭ ਕੁਝ ਲੁਟਾ ਦਿਆ। ਉਹ ਖੋਤੀ ਦੀ ਬੱਚੀ ਚੌਧਰੀ ਸਾਹਿਬ ਜਿਹੜਾ ਸੀ ਉਹ ਦਸਤਾਨੇ ਪਾ ਕੇ ਕੰਮ ਪਾਉਂਦਾ ਸੀ, ਹੱਥਾਂ ਤੇ ਵੀ ਤੇ ਸੋਦੇ ਤੇ। ਦੂਸਰੀ ਰਹੀ ਗੱਲ ਕਿਸੇ ਮਰਦ ਦੇ ਛੂਹਣ ਦੀ, ਬਾਕੀ ਭਾਈ ਕਿਸੇ ਮਰਦ ਨੇ ਅੱਜ ਤੱਕ ਇਸ ਔਰਤ ਨੂੰ ਛੂਹਿਆ ਹੀ ਕਿਉਂਕਿ ਇਹਦੇ ਜਿਹੜੇ ਨਜਾਇਜ਼ ਤਾਲੁਕ ਨੇ ਅੱਜ ਤੱਕ ਬਸ ਕੁੱਤਿਆਂ ਬਿੱਲਿਆਂ ਵੈਸੀ ਗਿੱਦੜਾਂ ਦੇ ਨਾਲ ਰਹੇ ਨੇ ਜੀ। ਯਾਰ ਉਹ ਮੈਨੂੰ ਤੇ ਸਮਝ ਨਹੀਂ ਆ ਰਹੀ ਕਿ ਇਸ ਮੁਲਕ ਵਿੱਚ ਚੱਲ ਕੀ ਰਿਹਾ ਹੈ। ਇਹਨਾਂ ਦਾ ਪਤਾ ਕੀ ਹੈ, ਬੰਦਾ ਦਰਬਾਰੀ ਮਲੰਗ ਛੱਡੇ ਨਾ, ਉਹ ਵੀ ਦੋ ਦੋ ਪਿਆਲੇ ਬੂਟੀ ਦੇ ਪਿਆ ਕੇ ਭੈਣ ਦੀ ਸ੍ਰੀ ਦੋ ਤਿੰਨ ਘੰਟੇ ਠੰਡੇ ਹੀ ਨਾ, ਇਹਨਾਂ ਦੇ ਸਪੇਅਰ ਪਾਰਟਾਂ ਨੂੰ ਚੰਡੀਆਂ ਪੈ ਤਾਂ ਜਾ ਕੇ ਇਹਨਾਂ ਨੂੰ ਕਿਧਰੇ ਸਕੂਨ, ਕਿਉਂਕਿ ਇਹਨਾਂ ਦਾ ਬਗੈਰਤੀ ਵਾਲਾ ਲੈਵਲ ਬਹੁਤ ਹਾਈ ਹੋ ਗਿਆ। ਇਸ ਟਾਈਮ ਹੀਰਾ ਮੰਡੀ ਇਹਨਾਂ ਨੂੰ ਛੱਡਣਾ ਹੀ ਪੈਣਾ, ਇਸ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ। ਮੈਂ ਹੀਰਾ ਮੰਡੀ ਫਿਲਮ ਦੀ ਗੱਲ ਕਰ ਰਿਹਾ, ਮੈਂ ਹੀਰਾ ਮੰਡੀ ਦੇ ਵਿੱਚ ਨਾ ਲੈ ਜਾਇਆ ਜੇ, ਕਿਉਂਕਿ ਜਿਹੋ ਜਿਹੇ ਪੁਰਜ਼ੇ ਨੇ ਨਾ ਉੱਥੇ ਉਹਨਾਂ ਵਾਲੇ ਬਗੈਰਤਾ ਨੇ ਇਹਨਾਂ ਨੂੰ ਗਰਕ ਕਰ ਛੱਡਿਆ, ਫਿਰ ਇਹਨਾਂ ਨੇ ਉੱਥੇ ਹੱਥ ਲਾ ਲਾ ਕੇ ਰੋਣਾ ਕਿ ਸਾਡੇ ਨਾਲ ਬਣ ਕੀ ਗਿਆ। ਯਕਾਂ ਦਰਅਸਲ ਕਿਸੇ ਭਲੇਖੇ ਦੇ, ਕਿਉਂਕਿ ਇਹ ਅੱਜ ਤੱਕ ਬਸ ਮੰਮੀ ਡੈਡੀ ਬੱਚਿਆਂ ਦੇ ਹੱਥੀ ਚੜ ਗਏ ਨੇ, ਕਿਸੇ ਹੈਵੀ ਬਗੈਰਤ ਦੇ ਟਾਏ ਚੜ ਗਈਆਂ, ਇਹਨਾਂ ਨੂੰ ਅਲੱਗ ਸਮਝ ਜਾਣੀ। ਛੱਡੋ, ਅਗਲੀ ਬਗੈਰਤੀ ਪੇਸ਼ ਕੀਤੀ ਜਾਏ। ਲਓ ਜੀ, ਬੇੜੇ ਹੀ ਕਰਕੇ ਭੈਣ ਮੈਨੂੰ ਸਮਝ ਨਹੀਂ ਆ ਰਹੀ ਕਿ ਇਹਨੂੰ ਮੈਂ ਗਾਲ ਕਿਹੜੀ ਕੱਢਾਂ। ਅੱਛਾ, ਮੈਂ ਵੀ ਥੋੜੀ ਦੇਰ ਪਹਿਲਾਂ ਸੋਚ ਰਿਹਾ ਸੀ ਕਿ ਬਗੈਰਤੀ ਦੀ ਰੇਸ ਹੋ ਰਹੀ ਹੈ ਤੇ ਮੇਨ ਕੰਜਰੀ ਕਿੱਥੇ ਗਿਆ, ਉਹ ਤੇ ਹੁਣ ਪਤਾ ਲੱਗਾ ਕਿ ਬੁੱਲਾਂ ਲਈ ਤਵੈਫ ਤੇ ਇੱਧਰ ਲੱਗੀ ਫਿਰਦੀ ਹੈ। ਇਹਨੂੰ ਵੇਖ ਕੇ ਤੇ ਵੇਖਣ ਵਾਲੇ ਨੇ ਵੀ ਕਹਿਣਾ ਬੁੱਲਾਂ ਦੇ ਨਾਲ ਤਵੈਫ ਬਣੀ, ਤੁਸੀਂ ਅੱਜ ਤੱਕ ਬੜੀ ਬੜੀ ਤਵੈਫ ਵੇਖੀ ਹੋਈ, ਲੇਕਿਨ ਇੱਧਰ ਚੈੱਕ ਕਰੋ ਬੁੱਲਟ ਤਵੈਫ, ਬਲਕਿ ਪੈਂਚ ਉਬਲੀ ਹੋਈ ਤਵੈਫ, ਤੇ ਕਬਜ਼ੇ ਛੱਡੋ ਤੇ ਤਾਲਿਆਂ ਦੇ ਵਿੱਚ ਵੀ ਜੰਗ ਪੈ ਗਿਆ, ਪਰ ਬਕਚੋਦੀ ਵਾਲਾ ਕਿਹੜਾ ਹਜੇ ਵੀ ਤਾਜ਼ਾ, ਉਹ ਚੋਪ ਤੇ ਸੱਟਾਂ ਕਰਵਾਉਂਦਾ ਹੀ ਰਹਿੰਦਾ, ਉਹ ਕਿਸੇ ਆਲਾ ਕਿਸਮ ਦੀ ਭੈਣ ਯਕੀਨ ਨਹੀਂ। ਤੂੰ ਆਪ ਸੋਚ, ਤੇਰਾ ਇਸ ਕੈਟਾਗਰੀ ਚੋਂ ਨਾ ਬੰਦਾ ਮਰੇ, ਤੇਰੇ ਤੇ ਉਹ ਸਪੇਅਰ ਪਾਰਟ ਐਕਸਪਾਇਰ ਹੋ ਗਏ, ਐਵੇਂ ਕੋਈ ਸ਼ਾਇਦ ਟੁੱਟ ਗਈ ਤੇ ਨਵੀਂ ਵੀ ਕੋਈ ਲੱਭੀ। ਹੀਰਾ ਮੰਡੀ ਦੇ ਵਿੱਚ ਤੇ ਸਾਈਂ ਚੁੱਕ ਚੁੱਕ ਕੇ ਮਾਰਦੇ, ਮਰੇ ਫਲਵੈਰੀ ਦੀ ਬਿਮਾਰੀ ਹੈ, ਮਗਰੋਂ ਲੈ ਜਾ ਜਾ ਕੇ ਲੋਕਾਂ ਦੇ ਮੇਕਅਪ ਕਰ, ਜਿਹੜੀ ਭੈਣ ਯਕੀਨ ਦੇ ਵਿੱਚ ਗੋਡੇ ਪਸਾਰੇ ਉਹਦੀ ਇੱਕ ਦਿਨ, ਖਾਲੀ ਇਹ ਨਹੀਂ ਭਾਈ ਸਾਹਿਬ, ਹੋਰ ਵੀ ਬੜੀਆਂ ਸ਼ੁਸ਼ਕਾਂ ਲੱਗੀਆਂ ਫਿਰਦੀਆਂ ਨੇ, ਤੁਸੀਂ ਇਹਨੂੰ ਹੀ ਵੇਖ ਲਵੋ। ਮੈਂ ਰਾਤ ਕੋਈ 11 ਵਜੇ ਚਾਏ ਦੀ ਦੁਕਾਨ ਤੇ ਜਾ ਰਹੀ ਹਾਂ, ਬਤਾਏ ਕਿਉਂ ਜਾ ਰਹੀ ਹੂੰ ਚਾਏ ਦੀ ਦੁਕਾਨ ਤੇ? ਜਾ ਲੈ ਤਾਂ ਕਰਜ਼ਾ ਲਾਣ ਵਾਸਤੇ। ਤੂੰ ਸੋਚਿਆ ਹੋਣਾ ਕਿ ਉਂਝ ਤੇ ਪੈਸੇ ਦਿੱਤੇ ਨਹੀਂ ਜਾਣੇ, ਚਲੋ ਇੰਜੀ ਸੁੱਕੇ ਤੇ ਮਿਲ ਮਾਈਆ। ਉਸ ਤੋਂ ਬਾਅਦ ਫਿਰ ਭਾਈ ਸਾਹਿਬ ਇੱਕ ਬ੍ਰੇਕਿੰਗ ਨਿਊਜ਼, ਫਿਰ ਲੋੜੇ ਲੱਗੇ ਨਿਊਜ਼ ਤੋਂ ਤੁਹਾਨੂੰ ਅਪਡੇਟ ਕੀਤਾ ਜਾਂਦਾ ਹੈ ਕਿ ਪਾਕਿਸਤਾਨੀ ਤਵੈਫ ਦੇ ਨਾਲ ਬਹੁਤ ਜ਼ਿਆਦਾ ਜ਼ੁਲਮ ਹੋਇਆ, ਬਹੁਤ ਜ਼ਿਆਦਾ ਜ਼ਿਆਤੀ ਹੋਈ ਹੈ, ਫਿਰ ਉਹ ਆਪਣਾ ਦੁੱਖ ਤੇ ਜ਼ੁਲਮ ਲੋਕਾਂ ਦੇ ਨਾਲ ਸ਼ੇਅਰ ਕਰਨਾ ਚਾਹ ਰਹੇ, ਸਾਡੇ ਕੈਮਰਾਮੈਨ ਚਿੱਬੇ ਟੱਟੇ ਤੁਹਾਨੂੰ ਅਪਡੇਟ ਕਰਨ ਜੀ ਤੇ ਆਪਣਾ ਚਿੱਬਾ ਟੱਟਾ ਸਾਹਿਬ ਹੀਰਾ ਮੰਡੀ ਦੇ ਵਿੱਚੋਂ ਕੀ ਅਪਡੇਟ? ਜੀ ਤਾਂ ਸਰ, ਮੈਂ ਇਸ ਟਾਈਮ ਹੀਰਾ ਮੰਡੀ ਕੇ ਸਭ ਤੋਂ ਉੱਚੇ ਵਾਲੇ ਕੋਠੇ ਮੇਂ ਮੌਜੂਦ, ਜਹਾਂ ਪਰ ਚਿੱਟੇ ਬੈਠ ਕੇ ਉੱਪਰ ਲੰਬੇ ਪਾ ਕੇ ਕੰਮ ਪਾਇਆ ਜਾਂਦਾ ਹੈ, ਔਰ ਯਹਾਂ ਪਰ ਹਮਾਰੇ ਸਾਥ ਇੱਕ ਤਵੈਫ ਮੌਜੂਦ ਹੈ ਜਿਨਕੇ ਸਾਥ ਬੜਾ ਜ਼ੁਲਮ ਹੋਇਆ, ਔਰ ਮੇਰੇ ਕੈਮਰਾਮੈਨ ਆਪਕੋ ਵਿਖਾ ਵੀ ਸਕਤੇ ਹੈਂ, ਬਾਕੀ ਮਜ਼ੀਦ ਪੈਣ ਯਕੀਆਂ ਵੋ ਤੁਹਾਨੂੰ ਆਪ ਹੀ ਦੱਸੇਂਗੇ। ਜੀ ਤੇ ਮੁਹਤਰਮਾ, ਤੁਹਾਡੇ ਨਾਲ ਕੀ ਜ਼ੁਲਮ ਹੋਇਆ, ਕੀ ਜ਼ਿਆਤੀ ਹੋਈ ਜ਼ਰਾ ਦੱਸੋ ਸਾਨੂੰ। ਜੀ ਜੀ ਸਰ, ਮੇਰੇ ਸਾਥ ਬੜਾ ਜ਼ੁਲਮ ਹੋਇਆ, ਬੜੀ ਜ਼ਿਆਤੀ ਹੋਈ ਹੈ। ਇਧਰ ਕੋਠੇ ਮੇਂ ਮੇਰੀ ਇੱਕ ਬੰਦੇ ਕੇ ਸਾਥ ਡੀਲ ਹੋਈ ਥੀ ਕਿ ਵੋ ਮੁਝੇ 250 ਰੁਪਇਆ ਦੇਗਾ ਔਰ ਬਸ ਉੱਤੇ ਉੱਤੇ ਕਰੇਗਾ, ਲੇਕਿਨ ਉਸ ਖੋਤੀ ਕੇ ਬੱਚੇ ਨੇ 250 ਰੁਪਇਆ ਵੀ ਨਹੀਂ ਦਿਆ ਔਰ ਪੂਰਾ ਵਿੱਚ ਵੀ ਕਰ ਦਿਆ ਔਰ ਮੁਝੇ ਜ਼ਖਮੀ ਵੀ ਕਰ ਦਿਆ। ਅੱਛਾ ਅੱਛਾ, ਇਸ ਟਾਈਮ ਤੁਸੀਂ ਦੁਖੀ ਇਸ ਤੋਂ ਮੋਗੇ, ਉਹਨੇ ਤੁਹਾਨੂੰ ਜ਼ਖਮੀ ਕਰ ਦਿੱਤਾ, ਪੂਰਾ ਵਿੱਚ ਵੀ ਕੀਤਾ? ਨਹੀਂ ਨਹੀਂ ਭਾਈ ਸਾਹਿਬ, ਮੈਨੂੰ ਉਸ ਗੱਲ ਦਾ ਕੋਈ ਦੁੱਖ ਨਹੀਂ ਹੈ, ਕਿਉਂਕਿ ਵਿੱਚ ਤੇ ਮੈਂ ਅੱਗੇ ਵੀ ਬੜੀ ਵਾਰੀ ਕਰਵਾਇਆ ਤੇ ਮੈਨੂੰ ਇਸ ਗੱਲ ਦਾ ਹੈ ਕਿ ਉਹ ਸਵਾਦ ਵੀ ਲੈ ਗਿਆ ਤੇ 250 ਵੀ ਕੋਈ ਦੇ ਕੇ ਗਿਆ। ਉਹ ਅੱਛਾ ਅੱਛਾ, ਕੁੱਲ ਮਿਲਾ ਕੇ ਸਾਬਤ ਹੁੰਦਾ ਹੈ ਕਿ ਤੁਸੀਂ ਬਗੈਰ ਤੋਂ, ਮੈਂ ਹੀ ਚੂਤੀਆ ਸਾਂ ਜਿਹੜਾ ਤੁਹਾਡਾ ਇੰਟਰਵਿਊ ਲੈਣਾ ਹੈ। ਸੀਸੀਪੀਓ ਸਾਹਿਬ, ਬੜੇ ਅਫਸੋਸ ਦੀ ਗੱਲ ਹੈ ਕਿ ਤੁਹਾਡੇ ਹੁੰਦਿਆਂ ਲਾਹੌਰ ਦੇ ਵਿੱਚ ਲੋਕਾਂ ਦੇ 250 ਮਰ ਰਹੇ ਨੇ। ਅੱਛਾ ਤੇ ਯਾਰ, ਉਹ ਗੇਮਾਂ ਸ਼ੇਮਾਂ ਤੁਸੀਂ ਖੇਡਦੇ ਹੀ ਰਹਿੰਦੇ, ਅਗਰ ਤੇ ਤੁਸੀਂ ਗੇਮਾਂ ਖੇਡਦੇ ਪਰ ਹੁਣ ਤੁਸੀਂ ਉਹਨਾਂ ਗੇਮਾਂ ਨੂੰ ਖੇਡ ਕੇ ਉਹਨਾਂ ਤੋਂ ਪੈਸਾ ਵੀ ਕਮਾ ਸਕਦੇ, ਉਹ ਵੀ ਖੁੱਲਾ ਡੁੱਲਾ ਬਾਵਾ। ਫਿਰ ਮੋਸਟ ਬੈਟ ਜਿਹੜਾ ਉਹ ਏਸ਼ੀਆ ਦਾ ਨੰਬਰ 1 ਪਲੇਟਫਾਰਮ ਹੈ, ਜਿਹਦੇ ਵਿੱਚ ਤੁਸੀਂ ਫੁੱਟਬਾਲ, ਟੈਨਿਸ, ਕ੍ਰਿਕਟ, ਕਬੱਡੀ ਵਰਗੀਆਂ ਗੇਮਾਂ ਦੇ ਉੱਤੇ ਰਿਡਕਸ਼ਨ ਕਰਕੇ ਮੋਸਟ ਬੈਟ ਦੀ ਵੈਬਸਾਈਟ ਦੇ ਉੱਤੇ ਲਾਈਵ ਮੈਚਸ ਵੇਖ ਕੇ ਬਹੁਤ ਸਾਰਾ ਕੈਸ਼ ਪ੍ਰਾਈਜ਼ ਜਿੱਤ ਸਕਦੇ ਹੋ। ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਜਾਇਜ਼ ਕੈਸ਼ ਜੀਜੀ ਪੈਸਾ ਤੇ ਪਾਕਿਸਤਾਨੀ ਬੈਂਕ ਅਕਾਊਂਟ ਤੋਂ ਡਿਪੋਜ਼ਿਟ ਕਰ ਸਕਦੇ ਹੋ, ਬਗੈਰ ਕਿਸੇ ਕਮਿਸ਼ਨ ਤੋਂ ਆਪਣੀ ਵਿਨਿੰਗ ਅਮਾਊਂਟ ਨੂੰ ਫੋਰੀ ਵਿਡਰਾ ਵੀ ਕਰ ਸਕਦੇ ਹੋ। ਇਹਨਾਂ ਦੀ ਸਪੋਰਟ ਟੀਮ 24/7 ਅਵੇਲੇਬਲ ਹੁੰਦੀ ਹੈ। ਸਰ ਬਾਬਾ ਜੀ, ਹੁਣੇ ਥੱਲੇ ਦਿੱਤੇ ਗਏ ਲਿੰਕ ਤੋਂ ਇਹਦੇ ਵਿੱਚ ਰਜਿਸਟਰ ਕਰੋ, ਮੇਰਾ ਪ੍ਰੋਮੋ ਕੋਡ ਕਾਸ਼ੀ
ਬੋਨਸ 250 ਫ੍ਰੀ ਸਪਿਨ ਹਾਸਲ ਕਰੋ। ਮਤਲਬ ਕਿ ਬਾਬਾ ਜੀ ਫੁੱਲ ਹੀ ਚਸਕੇ ਫਿਰ ਅਪੜੋ ਹੋਗਾ। ਉਸ ਤੋਂ ਬਾਅਦ ਫਿਰ ਭਾਈ ਚਾਹਤ ਫਤਿਹ ਅਲੀ ਖਾਨ ਦਾ ਕਹਿਣਾ ਹੈ, ਬੜਾ ਦਰਦਨਾਕ ਕਹਿਣਾ, ਉਹ ਤੁਸੀਂ ਆਪ ਹੀ ਸੁਣ ਲਵੋ। ਅੱਛਾ, ਅਭੀ ਤੱਕ 38 ਪ੍ਰਪੋਜ਼ਲ ਆ ਚੁੱਕੇ ਲਾਈਵ ਸ਼ੋਜ਼ ਕੇ ਦੌਰਾਨ। 28 ਪ੍ਰਪੋਜ਼ਲ ਐਸ ਗੰਜੇ ਦਾਬੜੇ ਇਸ ਗੰਦੀ ਗਲੀ ਦੇ ਜੰਪ ਨੂੰ ਵੀ 28 ਬੱਚੀਆਂ ਨੇ ਪ੍ਰਪੋਜ਼ ਕੀਤਾ ਹੈ। ਓ ਭਾਈ, ਭਾਈ ਸਾਹਿਬ 28 ਪ੍ਰਪੋਜ਼ਲ, ਮਤਲਬ ਕਿ 28 ਬੱਚੀਆਂ ਨੇ ਇਸ ਬਾਬੇ ਨੂੰ ਕਿਹਾ ਕਿ ਅਸੀਂ ਤੇਰਾ ਹਲਾਨ ਨੂੰ ਤਿਆਰ ਨੂੰ ਡਗੋਰਾ ਜਿਓ ਖੋਤੀ ਦੀ ਉਹ ਬੱਚੀ ਹੋ। ਤੁਹਾਡੇ ਠਾਈਆਂ ਦੇ ਸਿਰ 'ਚ ਕਿਸੇ ਨੇ ਇੱਟ ਮਾਰੀ ਨਹੀਂ, ਇਸ ਗੰਜਾ ਪਾਪੀ ਟੋਨ ਦੇ ਘੜੋਲ ਦੇ ਵਿੱਚੋਂ ਤੁਹਾਨੂੰ ਕੀ ਲੱਭਣਾ? ਗੱਲ ਇੰਨੇ ਪ੍ਰਪੋਜ਼ਲ ਤੇ ਆ ਤਾਂ ਫਸਲ ਨੂੰ ਵੀ ਨਹੀਂ ਆਇਆ। ਅਸੀਂ ਕਿੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਆਪਣੇ ਮੁਲਕ ਦੀਆਂ ਜਿਹੜੀਆਂ ਬੱਚੀਆਂ ਨੇ ਉਹ ਫਾਰਗ ਇਹਨਾਂ ਯੱਕਾਂ ਦਾ ਜਿਹੜਾ ਦਿਮਾਗ ਹੈ ਨਾ ਕੰਮ ਕਰਨਾ ਛੱਡ ਗਿਆ। ਫਿਰ ਵਡੇਰੀਆਂ ਨਹੀਂ ਹੁੰਦੀਆਂ ਭੈਣ ਤੋਂ, ਯੰਗ ਬੱਚੀਆਂ ਹੁੰਦੀਆਂ, ਬਾਬਿਆਂ ਨੂੰ ਸੈੱਟ ਕਰਨ ਦੇ ਚੱਕਰਾਂ 'ਚ ਹੁੰਦੀਆਂ। ਭੈਣ ਦੀ ਸਿਰੀ ਕਿਹੜੀ, ਅਸੀਂ ਅੱਗ ਲੱਗੀ ਹੈ ਤੁਹਾਨੂੰ, ਤੁਹਾਡਾ ਕੋਹ ਸੀ ਮਰ ਗਏ। ਉਸ ਤੋਂ ਬਾਅਦ ਫਿਰ ਤੁਸੀਂ ਆ ਜਾਓ ਲੋਰ ਦੀਆਂ ਟੋਪ ਬਗੈਰਤਾਂ ਦੇ ਉੱਤੇ। ਨਹੀਂ ਖਾਲੀ ਬਗੈਰਤ ਕਹਿਣਾ ਇਹਨਾਂ ਨੂੰ ਘੱਟ ਹੋਏਗਾ, ਲੋਰ ਦੀਆਂ ਟੋਪ ਕੰਜਰੀਆਂ ਤੇ ਜੀ। ਅੱਛਾ, ਕਮੈਂਟਾਂ ਦੇ ਵਿੱਚ ਨਾ ਇਹਨਾਂ ਦੀ ਬੜੀ ਡਿਮਾਂਡ ਆ ਜੀ, ਲੋਰ ਦੀਆਂ ਬੱਚੀਆਂ ਦੀ ਭੈਣ ਟੰਗੋ ਜੀ, ਉਹ ਜਿਹੜੀਆਂ ਲੋਰ ਦੀਆਂ 3-4 ਬੱਚੀਆਂ ਨੇ ਉਹਨਾਂ ਦੇ ਅੰਦਰ ਡੰਡਾ ਤੁੰਨ ਮਾਰੋ, ਮੈਨੂੰ ਤੁਸੀਂ ਧੋਬੀ ਸਮਝੇ ਜਾਂ ਮੈਂ ਜੇਬ 'ਚ ਡੰਡੇ ਲੈ ਕੇ ਫਿਰਨਾ? ਯਾਰ ਭਾਈ, ਤੁਹਾਡੀ ਡਿਮਾਂਡ ਸੀ ਕੰਮ ਤੇ ਪਾਣਾ ਸੀ, ਮਸਲਾ ਇੱਥੇ ਇਹ ਆ ਜਾਂਦਾ ਕਿ ਅਗਰ ਕੋਈ ਬੰਦਾ ਬਗੈਰਤੀ ਲਾਈ, ਯੱਕੀ ਲਾਈ ਜਾਂ ਬਕਚੋਦੀ ਲਾਈ, ਫਿਰ ਅਸੀਂ ਕਹਾਂਗੇ ਬੜਾ ਭੈਣਿਆਕ ਬੰਦਾ, ਬੜਾ ਕੋਈ ਚੂਤੀਆ ਬੰਦਾ, ਬੜਾ ਕੋਈ ਕਿਸੇ ਬੁਰੇ ਕਿਸਮ ਦਾ, ਮਤਲਬ ਕਿ ਉਹਨੂੰ ਗਾਲਾਂ ਗੁਲਾਂ ਕੱਢ ਕੇ ਤੇ ਅਸੀਂ ਆਪਣੀ ਤਪ ਠੰਡੀ ਕਰ। ਲੇਕਿਨ ਇਹਨਾਂ ਕੰਜਰੀਆਂ ਦਾ ਤੇ ਹਿਸਾਬ ਹੀ ਪੁੱਠਾ ਹੈ, ਚੂਤਰਾ ਤੇ ਆਪ ਇੱਕ ਦੂਸਰੇ ਨੂੰ ਲੋਕਾਂ ਘੋੜੀਆਂ ਤੇ ਬਕਚੋਦੀਆਂ ਤੇ ਪਤਾ ਨਹੀਂ ਕਿਹੜੇ ਕਿਹੜੇ ਕਿਸਮ ਦੀਆਂ ਗਾਲਾਂ ਕੱਢਦੀਆਂ ਰਹਿੰਦੀਆਂ। ਇਹਨਾਂ ਯੱਕਾਂ ਦੀਆਂ ਵੀਡੀਓ ਵੇਖ ਕੇ ਤੇ ਮੈਂ ਸੋਚੀ ਪਿਆ ਗਿਆ ਸੀ ਕਿ ਮੈਂ ਇਹਨਾਂ ਨੂੰ ਕਿਹੜੀ ਗਾਲ ਕੱਢਾਂ, ਕਿਉਂਕਿ ਸਾਰੀਆਂ ਗਾਲਾਂ ਤੇ ਆਪ ਇੱਕ ਦੂਸਰੇ ਨੂੰ ਕੱਢ ਲੈਂਦੀਆਂ ਕਿ ਤੁਸੀਂ ਇਹ ਇਹਨਾਂ ਦੀ ਵੀਡੀਓ ਵੇਖੋ। ਅਸਲਾਮ ਅਲੈਕੁਮ ਗਾਇਜ਼, ਇਹ ਜਾ ਰਹੀ ਹੈ। ਅੱਛਾ, ਸਲਾਮ ਹੈ, ਹਰ ਵੀਡੀਓ ਦੇ ਵਿੱਚ ਇੰਜ ਲੈਂਦੀਆਂ ਜਿਵੇਂ ਕਿੱਡੀਆਂ ਕੁਛ ਨੇਕ ਖਤੂਨ ਦੀਆਂ ਬੱਚੀਆਂ। ਇਹ ਤਾਂ ਮੈਨੂੰ ਲੱਗਦਾ ਕਿ ਸੁਗਸਤੀ ਦੀਆਂ ਬੱਚੀਆਂ ਨੇ। ਅਸਲਾਮ ਅਲੈਕੁਮ ਗਾਇਜ਼, ਇਹ ਜਾ ਰਹੀ ਹੈ, ਬਟ ਠੀਕ ਹੈ, ਇਸ ਕੋ ਸ਼ਰਮ ਨਹੀਂ ਆਨੀ ਹੈ। ਔਰ ਇਹ ਆਸ਼ੂ ਜਾ ਰਹੀ ਹੈ, ਪਤਾ ਕੀ ਬਾਤ ਹੈ ਗਾਇਜ਼, ਸਿੰਪਲ ਔਰ ਸਾਦੀ ਸੀ ਬਾਤ ਹੈ, ਠੀਕ ਹੈ। ਜੋ ਹਰਾਮ ਦੀ ਔਰਤਾਂ ਹੁੰਦੀ ਹੈ ਉਹ ਐਸੇ ਜਾਂਦੀ ਹੈ। ਕੈਸੇ ਜਾਂਦੀ ਹੈ ਗਾਇਜ਼? ਜੀ ਜੀ, ਇਹਦੇ ਮੁਤਾਬਕ ਇਹ ਹਰਾਮ ਦੀਆਂ, ਜਿਵੇਂ ਦੇ ਇਹਨਾਂ ਦੇ ਕੰਮ ਨੇ, ਮੈਨੂੰ ਲੱਗਦਾ ਹੈ ਹਰਾਮ ਪ੍ਰੋ ਮੈਕਸ ਇਸ ਦੁਨੀਆ ਦੇ ਉੱਤੇ ਦੋ ਸਭ ਤੋਂ ਵੱਡੇ ਗਲਤ ਕੰਮ ਹੋਏ। ਇੱਕ ਇਹਨਾਂ ਦੀ ਅੰਮਾ ਦੀ ਬਗੈਰ ਪਕਾਨੇ ਤੋਂ ਵੱਜੀ, ਨੰਬਰ 2 ਇਹਨਾਂ ਦੇ ਘਰ ਵਾਲੇ ਨੇ ਇਹਨਾਂ ਕੰਜਰੀਆਂ ਨੂੰ ਖੁੱਲਾ ਛੱਡਿਆ, ਮਤਲਬ ਕਿ ਕੋਈ ਵਾਲੀ ਵਾਰ ਅਸੀਂ ਨਹੀਂ ਹੈ ਜਿਹੜਾ ਮਰਜ਼ੀ ਆ ਕੇ ਠੋਕਾ ਲਾ। ਵੈਸੇ ਇਹ ਹੀਰਾ ਮੰਡੀ ਦੇ ਜਿਨ੍ਹਾਂ ਨੂੰ ਚਾਹ ਚੜੇ, ਉਹਨਾਂ ਨੂੰ ਇਹਨਾਂ ਦੇ ਕੋਲੋਂ ਇੱਕ ਇੱਕ ਰਾਤ ਕਲਾਸ ਲੈਣੀ ਚਾਹੀਦੀ। ਮੈਂ ਕਹਿੰਦਾ ਭੈਣ ਦੀ ਸਿਰੀ ਫੁੱਲ ਟ੍ਰੇਨ ਹੋ ਜਾਂਦੀ। ਉਸ ਤੋਂ ਬਾਅਦ ਪਤਾ ਨਹੀਂ ਕਿਸੇ ਹੋਸਟਲ ਹੁਸਟਲ ਦੇ ਵਿੱਚ ਰਹਿੰਦੀਆਂ ਨੇ ਤੇ ਪੂਰੇ ਕਮਰੇ ਨੂੰ ਪੂਰਾ ਕੋਠਾ ਬਣਾਇਆ, ਜਿਹਦੇ ਵਿੱਚ ਮੁਜਰਾ ਸੁਜਰਾ ਤੇ ਉਰਲ ਪੋਪੋ ਸਭ ਕੁਝ ਕਰਦੀਆਂ ਨੇ। वालेकुम सलाम गाइस, जैसा कि आप जानते हैं ये पूरी किसी खोती की बच्ची है, मुंह पे ये सुके फिल्टर लगा के चमक रही है। बाकी जे इन्हें फिल्टर तो बगैर देखो तो लान नहीं पई, कसम फिल्टर तो बगैर तुम इन्हें देखो तो इंजी जिवें गटर दी सब तो गंदी चुन जे। और मैं आप लोगों को लाती हूं टैवल बच्ची के साथ। ਵੀਡੀਓ ਦੇ ਵਿੱਚ ਆਪਣਾ ਬਸ ਪਿੱਛਾ ਵਹਾਂ, ਵੈਸੇ ਤੇ ਇਹਦਾ ਪਿੱਛਾ ਕਿਸੇ ਖਾਤੇ ਦਾ ਨਹੀਂ ਹੈ। ਬਾਕੀ ਭਾਈ ਆਪਣੇ ਮੁਲਕ ਦੇ ਠੜਕੀਆਂ ਦਾ ਕੀ ਕਰੀਏ, ਬਰਦਾਸ਼ਤ ਕਰ ਰਹੇ। ਉਸ ਤੋਂ ਬਾਅਦ ਫਿਰ ਤੁਸੀਂ ਆ ਜਾਓ ਇਹਨਾਂ ਦੇ ਵਿਊਵਰਸ ਤੇ ਇਹਨਾਂ ਦੇ ਫਾਲੋਅਰਸ, ਬੜੇ ਬੜੇ ਬਗੈਰਤ ਨੇ ਇਸ ਦੁਨੀਆ ਦੇ ਉੱਤੇ, ਬੜੇ ਬੜੇ ਦੱਲੇ ਵੀ ਪਾਏ ਜਾਂਦੇ ਨੇ ਜੀ। ਲੇਕਿਨ ਇਹਨਾਂ ਕੰਜਰ ਲੋਕਾਂ ਦਾ ਆਪਣਾ ਹੀ ਲੈਵਲ ਹੈ। ਭੈਣ ਦਿਓ ਲੰਨੋ, ਤੁਹਾਨੂੰ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਆ ਕੰਜਰੀਆਂ ਲੱਭੀਆਂ ਨੇ, 1.5 ਲੱਖ ਚੂਤੀਆਂ ਕਿਹੜੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਫਾਲੋ ਕੀਤਾ। ਇਸ ਮੁਲਕ ਦੇ ਵਿੱਚ ਵੱਖਰੀ ਕੀ ਬਕਚੋਦੀ ਚੱਲ ਰਹੀ ਹੈ, ਹਰ ਬੰਦੇ ਨੂੰ ਅੱਗ ਲੱਗੇ ਦੇ ਨਾ ਕਿ ਇਸ ਮੁਲਕ ਦੇ ਵਿੱਚ ਬਸ ਦੋ ਹੀ ਲੋਕ ਕਾਮਯਾਬ, ਇੱਕ ਜਿਹਨੂੰ ਉਹ ਲੱਗੀ ਹੈ, ਦੂਜਾ ਉਹ ਜਿਹਨੂੰ ਉਹ ਲੱਭੀ ਹੈ, ਸਮਝ ਰਹੇ ਹੋ? ਬਾਕੀ ਸਾਰੇ ਤੇ ਜਿਵੇਂ ਗਰਕ ਨੇ ਨਾ, ਬਾਕੀ ਫਿਰ ਅੱਜ ਲਈ ਬਸ ਯਾਰ ਇੰਨਾ ਹੀ ਹੈ ਨਾ, ਕੈਂਸਰ ਬਮਾ ਯੱਕਾਂ ਨੂੰ ਅਸੀਂ ਹੋਰ ਬਰਦਾਸ਼ਤ ਨਹੀਂ ਕਰ ਸਕਦੇ, ਕਿਉਂਕਿ ਇਹ ਨੇ ਬਵਾ ਸਰੀ ਡੈਂਟਲ ਚੂਤਨਾ, ਇਹਨਾਂ ਤੋਂ ਜਿੰਨਾ ਹੋ ਸਕੇ ਬਚੋ, ਦੂਰ ਰਹੋ, ਬੁਲਾਓ ਇਹਨਾਂ ਦੀ ਪਰਾਂ ਭੈਣ ਨੂੰ ਜਾਓ। ਤੇ ਫਿਰ ਵੀਡੀਓ 'ਚ ਆਸਾ ਜੀ, ਵੀਡੀਓ ਨੂੰ ਲਾਈਕ ਮਾਰੋ, ਕਮੈਂਟ ਕਰਕੇ ਦੱਸੋ ਵੀਡੀਓ ਤੁਹਾਨੂੰ ਕੈਸੀ ਲੱਗੀ। ਮੈਂ ਮਿਲਾਂਗਾ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜਲਦੀ, ਉਦੋਂ ਤੱਕ ਫਿਰ ਐ ਇੰਜੋਏ ਕਰੋ। ਕਿਆ ਬਾਤ ਹੈ ਸਰ, ਕਿਆ ਬਾਤ ਹੈ ਸਰ, ਬਸ ਕਰੋ ਠਰਕੀਓ, ਤੁਹਾਡੀ ਠਰਕ ਨਹੀਂ ਖਤਮ ਹੋ ਸਕਦੀ।